ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹੱਲਾ ਚੌਥਾ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ। ਜੈ ਹਰ ਸਿਮਰਨ ਭਇਆ ਤਹਿ ਉਪਾਦਗਤ ਕੀਨੀ, ਬੜਭਾਗੀ ਹਰ ਜਪਨਾ। ਜਨ ਨਾਨਕ ਕੋ ਗੁਰ ਏ ਮਤ ਦੀਨੀ, ਜਪ ਹਰ ਭਵਜਲ ਤਰਨਾ। ਜੈ ਹਰ ਸਿਮਰਨ ਭਇਆ ਤਹਿ ਉਪਾਦਗਤ ਕੀਨੀ, ਬੜਭਾਗੀ ਹਰ ਜਪਨਾ। ਜਨ ਨਾਨਕ ਕੋ ਗੁਰ ਏ ਮਤ ਦੀਨੀ, ਜਪ ਹਰ ਭਵਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰੀਕਾ, ਸਭ ਤੋਂ ਪਹਿਲਾਂ ਇੱਕ ਜਗ੍ਹਾ 'ਤੇ ਬੈਠ ਕੇ ਭਜਨ ਕਰਦੇ ਹੋਏ ਅੱਖਾਂ ਬੰਦ ਰੱਖੋ ਅਤੇ ਵਾਰ ਵਾਰ ਆਪਣੇ ਸਰੀਰ ਅਤੇ ਸਰੀਰ ਦੀਆਂ ਕਿਰਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਦੇ ਰਹੋ। ਹੁਣ ਹੌਲੀ ਹੌਲੀ ਇਸ ਪੂਰੇ ਸਰੀਰ ਨੂੰ ਮੂਰਤੀ ਜਾਂ ਇੱਕ ਬੁੱਤ ਜਿਹਾ ਬਣਾਉਂਦੇ ਚਲੇ ਜਾਓ। ਇਸ ਪ੍ਰਕਿਰਿਆ ਵਿੱਚ ਤਿੰਨ ਹਿੱਸੇ ਬਣਾ ਕੇ ਰੱਖੋ, ਮੇਰਾ ਸਰੀਰ ਅਤੇ ਉਸ ਦੀ ਕਿਰਿਆ, ਮੈਨੂੰ ਪ੍ਰੇਰਿਤ ਕਰਨ ਵਾਲਾ, ਕਿਉਂਕਿ ਇਨਸਾਨ ਨੂੰ ਛੱਡ ਕੇ ਬਾਕੀ 84 ਲੱਖ ਜੂਨ ਹੈ, ਚਾਹੇ ਉਹ ਹਵਾ ਵਿੱਚ ਪਲਣ ਵਾਲੀ ਹੈ, ਪਾਣੀ ਵਿੱਚ ਪਲਣ ਵਾਲੀ ਹੈ, ਪਸ਼ੂ ਪੰਛੀ ਹਨ, ਪੇੜ ਪੌਦੇ ਹਨ, ਇਹਨਾਂ ਸਾਰਿਆਂ ਨੂੰ ਹਰ ਰੋਜ਼ ਦਾ ਖਾਣਾ ਪਰਮਾਤਮਾ ਦੱਸਦਾ ਹੈ ਕਿ ਕਿੱਥੇ ਹੈ। ਕਿਸੇ ਨੂੰ ਜੇ ਕੋਈ ਸਰੀਰਕ ਬਿਮਾਰੀ ਹੋ ਗਈ ਹੈ ਤਾਂ ਪਰਮਾਤਮਾ ਉਸਦੇ ਅੰਦਰ ਤੋਂ ਹੀ ਪ੍ਰੇਰਣਾ ਕਰਕੇ ਅਤੇ ਉਸਨੂੰ ਦੱਸਦਾ ਹੈ ਕਿ ਇਹ ਖਾਓ ਅਤੇ ਇਹ ਨਾ ਖਾਓ, ਇਹ ਤੇਰੇ ਲਈ ਨੁਕਸਾਨਦੇਹ ਹੈ। ਇੱਛਾਵਾਂ ਤਾਂ ਸਾਰੇ ਜੀਵ ਜੰਤੂ ਰੱਖਦੇ ਹਨ, ਪਰ ਉਹਨਾਂ ਦੀ ਪੂਰਤੀ ਕਿੱਥੋਂ ਅਤੇ ਕਿਵੇਂ ਹੋਵੇ,
ਇਸ ਬਾਰੇ ਪਰਮਾਤਮਾ ਹੀ ਅੰਦਰ ਬੈਠੀ ਪ੍ਰੇਰਨਾ ਦਿੰਦੇ ਹਨ। ਇਹ ਕਿਤੇ ਕਮਾ ਨਹੀਂ ਸਕਦੇ, ਖਾਣਾ ਇਕੱਠਾ ਕਰਕੇ ਰੱਖ ਨਹੀਂ ਸਕਦੇ। ਇਹਨਾਂ ਨੂੰ ਰੋਜ਼ ਆਪਣੇ ਘਰ ਵਿੱਚੋਂ ਨਿਕਲ ਕੇ ਖਾਣਾ ਲੱਭਣਾ ਅਤੇ ਖਾਣਾ ਹੁੰਦਾ ਹੈ। ਸਾਰਿਆਂ ਨੂੰ ਪ੍ਰੇਰਨਾ ਦੇਣ ਵਾਲਾ ਅਤੇ ਪਾਲਣ ਵਾਲਾ ਪਰਮਾਤਮਾ ਹੁੰਦਾ ਹੈ, ਇਸ ਲਈ ਇਸ ਦਾ ਇੱਕ ਨਾਮ ਪ੍ਰੇਰਕ ਵੀ ਹੈ। ਹੁਣ ਧਿਆਨ ਸਾਧਨਾ ਵਿੱਚ ਬੈਠੇ ਆਪਣੇ ਸਰੀਰ ਦੀਆਂ ਕਿਰਿਆਵਾਂ ਨੂੰ ਸਮਝਦੇ ਅਤੇ ਜਾਣਦੇ ਹੋਏ ਇਹ ਪਹਿਲਾ ਹੋ ਗਿਆ, ਦੂਸਰੇ ਵਿੱਚ ਆਪਣੇ ਆਪ ਨੂੰ ਮੈਂ ਨੂੰ ਇਸ ਤੋਂ ਅਲੱਗ ਜਾਣਦੇ ਹੋਏ, ਅਤੇ ਤੀਸਰੇ ਵਿੱਚ ਮੈਂ ਤੋਂ ਕਰੋੜਾਂ ਗੁਣਾ ਸੂਖਮ ਮੇਰਾ ਪ੍ਰੇਰਕ ਜੋ ਮੈਂ ਦੇ ਅੰਦਰ ਬੈਠਾ ਹੈ ਉਸਨੂੰ ਵੀ ਨਿਰੰਤਰ ਦੇਖਦੇ ਰਹਿਣਾ ਹੈ ਅਤੇ ਪ੍ਰੇਮ ਕਰਨਾ ਹੈ। ਇਹਨਾਂ ਤਿੰਨਾਂ ਨੂੰ ਦੇਖਦੇ ਜਾਣਦੇ ਹੋਏ ਕਦੇ ਆਪਣੀ ਮੂਰਤੀ ਬਣਦੇ ਹੋਏ ਸਰੀਰ ਨੂੰ ਮਹਿਸੂਸ ਕਰਦੇ ਰਹੋ, ਉਸ ਤੋਂ ਬਾਅਦ ਮੈਂ ਨੂੰ ਅਤੇ ਜੋ ਭਜਨ ਚੱਲਦਾ ਰਹੇਗਾ ਉਹ ਕੇਵਲ ਮੈਂ ਦੇ ਅੰਦਰ ਬੈਠੇ ਪ੍ਰੇਰਕ ਦੀ ਉਪਾਸਨਾ ਲਈ ਭਜਨ ਚੱਲਦਾ ਰਹੇਗਾ। ਪਰ ਕ੍ਰਮ ਅਨੁਸਾਰ ਥੋੜ੍ਹਾ ਥੋੜ੍ਹਾ ਸਮਾਂ ਤਿੰਨਾਂ ਵਿੱਚ ਵੰਡ ਦਿਓ। ਉਦਾਹਰਣ ਦੇ ਤੌਰ 'ਤੇ 10 ਮਿੰਟ ਸਰੀਰ ਅਤੇ ਉਸ ਦੀ ਕਿਰਿਆ ਲੱਛਣ ਨੂੰ ਮਹਿਸੂਸ ਕਰਦੇ ਹੋਏ ਜੋ ਕਿ ਪ੍ਰਤਿਮਾ ਬਣਿਆ ਹੋਇਆ ਹੈ ਭਜਨ ਕਰਦੇ ਰਹੋ, ਅਤੇ ਦੂਸਰੇ ਵਿੱਚ ਮੈਂ ਨੂੰ ਦੇਖਦੇ ਅਤੇ ਜਾਣਦੇ ਹੋ ਜੋ ਕਿ ਇਸ ਭਾਰ ਅਤੇ ਆਕਾਰ ਰੂਪੀ ਪ੍ਰਤਿਮਾ ਸਰੀਰ ਤੋਂ ਅਲੱਗ ਹੈ, ਇਸ ਮੈਂ ਵਿੱਚ ਬੈਠ ਕੇ ਭਜਨ ਕਰਦੇ ਰਹੋ। ਤੀਸਰੇ ਵਿੱਚ ਇਹਨਾਂ ਦੋਨਾਂ ਨੂੰ ਭੁੱਲ ਕੇ ਸਭ ਕੁਝ ਭੁਲਾ ਕੇ ਇਸ ਦੇ ਅੰਦਰ ਜੋ ਸਭ ਦਾ ਪ੍ਰੇਰਕ ਬੈਠਾ ਹੈ ਉਸਦਾ ਭਜਨ ਕਰਦੇ ਰਹੋ। ਤਿੰਨਾਂ ਨੂੰ 3 ਮਿੰਟ ਵਿੱਚ ਵੰਡ ਦਿਓ, 10 ਮਿੰਟ ਵਿੱਚ ਸਰੀਰ, ਦੂਸਰੇ 10 ਮਿੰਟ ਵਿੱਚ ਮੈਂ ਅਤੇ ਤੀਸਰੇ 10 ਮਿੰਟ ਵਿੱਚ ਪ੍ਰੇਰਕ। ਹੌਲੀ ਹੌਲੀ ਇਸ ਪ੍ਰਤਿਮਾ ਰੂਪੀ ਸਰੀਰ ਦਾ ਭਾਰ ਖਤਮ ਕਰਦੇ ਜਾਣਾ ਅਤੇ ਇਸ ਦੇ ਗੁਣ ਲੱਛਣ ਧਰਮ ਵਾਲਾ ਬਹੁਤ ਛੋਟਾ ਜਿਹਾ ਕਿਸੇ ਵੀ ਕੀੜੇ ਦੇ ਆਕਾਰ ਦਾ ਹਵਾ ਵਾਲਾ ਸਰੀਰ ਬਣਾਉਣਾ ਹੈ। ਹੁਣ ਇਸ ਵਿੱਚ ਵੀ ਭਜਨ ਪੂਜਾ ਕਰਦੇ ਰਹਿਣਾ ਹੈ, ਪਰ ਭਜਨ ਉੱਚੀ ਉੱਚੀ ਗੂੰਜ ਕਰ ਕਰਕੇ ਹੋਣਾ ਚਾਹੀਦਾ ਹੈ। ਹੁਣ ਇਸ ਬਹੁਤ ਜ਼ਿਆਦਾ ਸੂਖਮ ਹਵਾ ਵਾਲੇ ਆਕਾਰ ਦੇ ਸਰੀਰ ਵਿੱਚ ਆਪਣੇ ਆਪ ਨੂੰ ਰੱਖੋ ਜਾਂ ਮਹਿਸੂਸ ਕਰੋ। ਹੁਣ ਇਸ ਸਰੀਰ ਦਾ ਭਾਰ ਹਟ ਗਿਆ ਹੈ, ਇਸੇ ਸਰੀਰ ਵਿੱਚ ਬੈਠ ਕੇ ਇਸ ਸਰੀਰ ਦੇ ਲੱਛਣ ਕਿਰਿਆ ਅਤੇ ਆਪਣੇ ਆਕਾਰ ਨੂੰ ਦੇਖਦੇ ਜਾਣਦੇ ਹੋਏ ਉਸ ਜਗ੍ਹਾ 'ਤੇ ਭਜਨ ਕਰੋ। ਫਿਰ ਉਸ ਤੋਂ ਬਾਅਦ ਅੰਦਰ ਬੈਠੇ ਹੋਏ ਮੈਂ ਵਿੱਚ ਸਥਿਤ ਹੋ ਜਾਓ। ਫਿਰ 10 ਮਿੰਟ ਉਪਾਸਨਾ ਕਰੋ। ਫਿਰ ਉਸ ਮੈਂ ਵਿੱਚ ਬੈਠੇ ਹੋਏ ਸਾਰੇ ਜੀਵ ਜੰਤੂਆਂ ਨੂੰ ਪਾਲਣ ਵਾਲੇ ਪ੍ਰੇਰਕ ਨਾਲ ਨਜ਼ਦੀਕੀ ਮਹਿਸੂਸ ਕਰਦੇ ਹੋਏ ਉਸ ਦੀ ਉਪਾਸਨਾ ਕਰੋ। ਜਦੋਂ ਇਹਨਾਂ ਤਿੰਨਾਂ ਨੂੰ 10-10 ਮਿੰਟ ਹੋ ਜਾਏ, ਫਿਰ 40ਵੇਂ ਮਿੰਟ ਵਿੱਚ ਫਿਰ ਉਹੀ ਪਹਿਲੇ ਮਿੰਟ ਵਾਲਾ ਭਾਰ ਤੋਂ ਰਹਿਤ ਛੋਟੇ ਜਿਹੇ ਆਕਾਰ ਵਾਲੇ ਸਰੀਰ ਨੂੰ ਦੇਖਦੇ ਅਤੇ ਜਾਣਦੇ ਹੋਏ ਉਪਾਸਨਾ ਕਰੋ। 50ਵੇਂ ਮਿੰਟ ਵਿੱਚ ਫਿਰ ਮੈਂ ਦੀ ਉਪਾਸਨਾ ਕਰੋ। 60ਵੇਂ ਮਿੰਟ ਵਿੱਚ
ਫਿਰ ਪ੍ਰੇਰਕ ਉੱਪਰ ਕਰੋ 70ਵੇਂ ਮਿੰਟ ਵਿੱਚ, ਫਿਰ ਉਹੀ ਸਰੀਰ 80ਵੇਂ ਮਿੰਟ ਵਿੱਚ ਮੈਂ, 90ਵੇਂ ਮਿੰਟ 'ਤੇ ਫਿਰ ਪ੍ਰੇਰਕ, 100ਵੇਂ ਵਿੱਚ ਫਿਰ ਸਰੀਰ, 110ਵੇਂ ਵਿੱਚ ਫਿਰ ਮੈਂ, 120ਵੇਂ ਵਿੱਚ ਫਿਰ ਪ੍ਰੇਰਕ। ਇਸੇ ਕ੍ਰਮ ਵਿੱਚ ਉਪਾਸ਼ਨਾ ਕਰਦੇ ਜਾਣਾ ਹੈ। ਉਹ ਚਾਹੇ ਤੁਸੀਂ ਅੱਧਾ ਘੰਟਾ ਕਰ ਰਹੇ ਹੋ ਜਾਂ 1 ਘੰਟਾ, ਚਾਹੇ 4-5 ਘੰਟੇ ਕਰ ਰਹੇ ਹੋ। ਹੁਣ ਇਸ ਤੋਂ ਬਾਅਦ ਜੋ ਪਹਿਲਾ ਭਾਰ ਰੂਪੀ ਸਰੀਰ ਹਟਿਆ ਸੀ, ਹੁਣ ਇਹ ਜੋ ਛੋਟਾ ਜਿਹਾ ਦਿਖਣ ਵਾਲਾ ਹਵਾ ਦਾ ਸੂਖਮ ਸਰੀਰ, ਜਿਸ ਦੇ ਲੱਛਣ ਅਤੇ ਸੁਭਾਅ ਨੂੰ ਦੇਖਦੇ ਜਾਣਦੇ ਹੋਏ ਕਰ ਰਹੇ ਸੀ, ਹੌਲੀ ਹੌਲੀ ਇਸ ਆਕਾਰ ਨੂੰ ਵੀ ਖਤਮ ਕਰਨਾ ਹੈ। ਇੱਕ ਆਪਣੇ ਸੁਭਾਅ ਦਾ ਆਕਾਰ ਬਣਿਆ ਹੋਇਆ, ਜਿਸ ਵਿੱਚ ਪੈਰ, ਹੱਥ, ਮੂੰਹ, ਸਿਰ ਕੁਝ ਵੀ ਨਹੀਂ ਹੈ। ਜਿਵੇਂ ਕਿ ਤੁਸੀਂ ਹੁਣੇ ਹੀ ਪੜ੍ਹਦੇ ਹੋਏ, 1 ਮਿੰਟ ਲਈ ਅੱਖਾਂ ਬੰਦ ਕਰੋ ਤਾਂ ਤੁਹਾਨੂੰ ਹਨੇਰਾ ਜਿਹਾ ਦਿਖ ਰਿਹਾ ਹੈ ਅਤੇ ਆਪਣਾ ਸੁਭਾਅ ਮਹਿਸੂਸ ਹੋ ਰਿਹਾ ਹੈ, ਪਰ ਇਸ ਵਿੱਚ ਤੁਹਾਡਾ ਕੋਈ ਆਕਾਰ ਨਹੀਂ ਹੈ। ਇਸੇ ਤਰ੍ਹਾਂ ਇਸ ਆਕਾਸ਼ ਰੂਪੀ ਸਰੀਰ ਨੂੰ ਖਤਮ ਕਰਕੇ ਇਸ ਸੁਭਾਅ ਰੂਪੀ ਆਕਾਰ ਵਿੱਚ ਬੈਠ ਕੇ 1 ਮਿੰਟ ਇੱਥੇ ਉਪਾਸ਼ਨਾ ਕਰੋ। ਦੂਸਰੇ ਮਿੰਟ ਇਸ ਤੋਂ ਹਟ ਕੇ ਜੋ ਮੈਂ ਹੈ ਉਸ ਵਿੱਚ ਉਪਾਸਨਾ ਕਰੋ, ਜੋ ਕਿ ਸੁਭਾਵਾਂ ਦੀ ਜੜਤਾ ਤੋਂ ਅਲੱਗ ਹੋਵੇ। ਤੀਸਰੇ ਮਿੰਟ ਵਿੱਚ ਐਸੇ ਅਨੰਤ ਮੈਂ ਰੂਪੀ ਜੀਵ ਆਤਮਾਵਾਂ ਦੇ ਅੰਦਰ ਬੈਠਾ ਪ੍ਰੇਰਕ, ਚਾਹੇ ਉਹ ਪਹਾੜ, ਪਸ਼ੂ ਪੰਛੀ, ਇਨਸਾਨ ਦੇ ਵਿੱਚ ਜਾਂ ਕੋਈ ਵੀ ਜੀਵ ਹੋਣ, ਉਹਨਾਂ ਸਭ ਦੇ ਅੰਦਰ ਬੈਠਾ ਪ੍ਰੇਰਕ ਹੀ ਉਹਨਾਂ ਨੂੰ ਸਹਾਇਤਾ ਕਰਦਾ ਹੈ। ਇਸ ਤੀਸਰੇ ਮਿੰਟ ਵਿੱਚ ਇਸੇ ਪ੍ਰੇਰਕ ਦੀ ਉਪਾਸ਼ਨਾ ਕਰਨੀ ਹੈ। ਫਿਰ ਚੌਥੇ ਮਿੰਟ ਵਿੱਚ ਉਸੇ ਸੁਭਾਵਾਂ ਵਾਲੇ ਸਰੀਰ ਵਿੱਚ ਬੈਠ ਕੇ ਉਪਾਸ਼ਨਾ ਕਰਨੀ ਹੈ। 5ਵੇਂ ਮਿੰਟ ਵਿੱਚ ਫਿਰ ਮੈਂ ਵਿੱਚ ਕਰਨੀ ਹੈ। 6ਵੇਂ ਵਿੱਚ ਫਿਰ ਪ੍ਰੇਰਕ। 7ਵੇਂ ਵਿੱਚ ਫਿਰ ਸੁਭਾਅ ਰੂਪੀ ਆਕਾਰ ਵਿੱਚ ਬੈਠ ਕੇ। 8ਵੇਂ ਵਿੱਚ ਮੈਂ। 9ਵੇਂ ਵਿੱਚ ਫਿਰ ਪ੍ਰੇਰਕ। ਇਸੇ ਕ੍ਰਮ ਵਿੱਚ ਉਪਾਸ਼ਨਾ ਕਰਦੇ ਰਹਿਣਾ ਹੈ, ਉਹ ਚਾਹੇ ਕਿੰਨੇ ਵੀ ਸਮੇਂ ਲਈ ਕਰਦੇ ਹੋ। ਹੁਣ ਇਸ ਸੁਭਾਅ ਰੂਪੀ ਸਰੀਰ ਵਿੱਚ ਮੈਂ ਸਾਫ ਪਛਾਣਿਆ ਜਾਂਦਾ ਹੈ, ਕਿਉਂਕਿ ਇਹ ਸੁਭਾਅ ਮੇਰੇ ਹੀ ਹਨ। ਉਸ ਸੁਭਾਅ ਰੂਪੀ ਆਕਾਰ ਤੋਂ ਮੈਂ ਸਾਫ ਪਛਾਣਿਆ ਜਾਂਦਾ ਹਾਂ, ਜਦਕਿ ਇਹ ਸੁਭਾਅ ਮੇਰੇ ਆਪਣੇ ਨਹੀਂ ਹਨ, ਇਹ ਕੁਦਰਤੀ ਹਨ। ਇਹ ਤਮੋ ਰਜੋ ਸਤੋ ਗੁਣਾਂ ਦਾ ਮਿਸ਼ਰਣ ਹੈ। ਹੁਣ ਸਭ ਤੋਂ ਪਹਿਲਾਂ ਜੋ ਸਭ ਤੋਂ ਜ਼ਿਆਦਾ ਜੜਤਾ ਭਰਪੂਰ ਗੁਣ ਹੈ, ਉਹ ਹੈ ਤਮੋ ਗੁਣ। ਹੌਲੀ ਹੌਲੀ ਇਸ ਦੇ ਕਣ ਮਹਿਸੂਸ ਕਰਦੇ ਹਾਂ। ਅਸੀਂ ਆਪਣੇ ਸੁਭਾਅ ਵਿੱਚੋਂ ਤਮੋ ਗੁਣ ਛੱਡਦੇ ਅਤੇ ਕੱਢਦੇ ਜਾ ਰਹੇ ਹਾਂ। ਹੁਣ ਜਦ ਇਹ ਪੂਰਨ ਰੂਪ ਵਿੱਚ ਭਾਰੀ ਭਰਕਮ ਜੜ ਰੂਪ ਤਮੋ ਗੁਣ ਕੱਢ ਦਿੱਤੇ, ਤਾਂ ਹੁਣ 10 ਮਿੰਟ ਲਈ ਇੱਥੇ ਉਪਾਸ਼ਨਾ ਕਰਨੀ ਹੈ। ਇਹ ਕੋਈ ਪਛਾਣ ਨਹੀਂ ਕਿ ਕੀ ਨਿਕਲਿਆ ਹੈ ਅਤੇ ਕਿੰਨਾ ਨਿਕਲਿਆ ਹੈ ਅਤੇ ਕਿਵੇਂ ਨਿਕਲਿਆ ਹੈ, ਕਿਉਂਕਿ ਇਹ ਸ਼ਬਦ ਪ੍ਰਕਿਰਤੀ ਅਤੇ ਆਕਾਰ ਦੇ ਉੱਪਰ ਆਧਾਰਿਤ ਹਨ। ਜਦਕਿ ਅਸੀਂ ਨਿਰਾਕਾਰ ਦੇ ਨਜ਼ਦੀਕ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਇੱਥੇ 1 ਮਿੰਟ ਉਪਾਸ਼ਨਾ ਕਰਨੀ ਹੈ। 20ਵੇਂ ਮਿੰਟ ਜੋ ਮੈਂ ਹੈ ਉਸ ਵਿੱਚ ਉਪਾਸ਼ਨਾ ਕਰਨੀ ਹੈ।
ਤੀਵੇਂ ਮਿੰਟ ਸਾਰੇ ਮੈਂ ਨੂੰ ਚਲਾਉਣ ਵਾਲਾ ਜੋ ਪ੍ਰੇਰਕ ਹੈ ਉਸ ਨਾਲ ਜੁੜਨ ਅਤੇ ਉਸ ਨਾਲ ਆਪਣਾ ਸੱਚਾ ਰਿਸ਼ਤਾ ਜਾਣਦੇ ਹੋਏ ਉਸ ਦੀ ਉਪਾਸ਼ਨਾ ਕਰਨੀ ਹੈ। 40ਵੇਂ ਮਿੰਟ ਵਿੱਚ ਰਜੋ ਅਤੇ ਸਤੋ ਗੁਣਾਂ ਵਾਲੇ ਵਿੱਚ ਬੈਠ ਕੇ 50ਵੇਂ ਵਿੱਚ ਮੈਂ ਵਿੱਚ 60ਵੇਂ ਮਿੰਟ ਵਿੱਚ ਫਿਰ ਪ੍ਰੇਰਕ 70ਵੇਂ ਵਿੱਚ ਫਿਰ ਜਿਸ 3 ਗੁਣਾਂ ਵਾਲੇ ਪੁੰਜ ਵਿੱਚੋਂ ਕੱਢੇ ਗਏ ਤਮੋ ਗੁਣ ਅਤੇ ਬਚੇ ਹੋਏ ਰਜੋ ਸਤੋ ਗੁਣ ਵਾਲੇ ਵਿੱਚ ਬੈਠ ਕੇ ਉਪਾਸ਼ਨਾ ਕਰਨੀ ਹੈ। 80ਵੇਂ ਵਿੱਚ ਜੋ ਕਿ ਇਹਨਾਂ 3 ਗੁਣਾਂ ਤੋਂ ਅਲੱਗ ਹੈ, ਗੁਣ ਅਤੀਤ ਹੈ, ਉਸ ਵਿੱਚ ਬੈਠ ਕੇ ਉਪਾਸ਼ਨਾ ਕਰਨੀ ਹੈ। 90ਵੇਂ ਵਿੱਚ ਫਿਰ ਜੋ ਇਸ ਮੈਂ ਦੇ ਅੰਦਰ ਜੋ ਇਸ ਮੈਂ ਨੂੰ ਜ਼ਿੰਦਾ ਰੱਖਣ ਵਾਲਾ ਪ੍ਰੇਰਕ ਹੈ ਉਸ ਨਾਲ ਇਕਮਿਕਤਾ ਪ੍ਰਾਪਤ ਕਰਨੀ ਹੈ ਅਤੇ ਉਸ ਦੀ ਉਪਾਸ਼ਨਾ ਕਰਨੀ ਹੈ। ਹੁਣ ਇਸੇ ਤਰ੍ਹਾਂ ਰਜੋ ਅਤੇ ਸਤੋ ਗੁਣ ਨਾਲ ਮਿਸ਼ਰਿਤ ਮੈਂ ਵਿੱਚੋਂ ਰਜੋ ਗੁਣ ਜੋ ਕਿ ਤਮੋ ਗੁਣ ਤੋਂ ਹਲਕਾ ਹੈ ਉਸ ਨੂੰ ਕੱਢਣਾ ਹੈ ਅਤੇ ਕੇਵਲ ਸਤੋ ਗੁਣ ਵਿੱਚ ਬੈਠ ਕੇ ਉਪਾਸ਼ਨਾ ਕਰਨੀ ਹੈ। 2 ਮਿੰਟ ਵਿੱਚ ਮੈਂ ਵਿੱਚ ਬੈਠ ਕੇ ਉਪਾਸ਼ਨਾ ਕਰਨੀ ਹੈ। 3 ਮਿੰਟ ਵਿੱਚ ਮੈਂ ਨੂੰ ਚਲਾਉਣ ਵਾਲੇ ਪ੍ਰੇਰਕ ਦੀ ਉਪਾਸ਼ਨਾ ਕਰਨੀ ਹੈ। ਫਿਰ 4 ਮਿੰਟ ਵਿੱਚ ਸਤੋ ਗੁਣ ਵਿੱਚ ਬੈਠ ਕੇ, 5 ਵਿੱਚ ਮੈਂ ਵਿੱਚ, 6 ਮਿੰਟ ਵਿੱਚ ਪ੍ਰੇਰਕ ਦੀ, ਇਸੇ ਕ੍ਰਮ ਵਿੱਚ ਉਪਾਸ਼ਨਾ ਕਰਦੇ ਜਾਣਾ ਹੈ। ਹੁਣ ਇਹ ਜੋ ਸਤੋ ਗੁਣ ਹੈ ਉਸ ਨੂੰ ਵੀ ਕੱਢਣਾ ਹੈ ਅਤੇ ਹੁਣ ਕੇਵਲ ਮੈਂ ਵਿੱਚ ਬੈਠ ਕੇ 10 ਮਿੰਟ ਉਪਾਸ਼ਨਾ ਕਰਨੀ ਹੈ। ਜਿੱਥੇ ਕੋਈ ਗੁਣ ਧਰਮ ਸੁਭਾਅ ਨਹੀਂ ਹੈ, ਕੇਵਲ ਚੇਤਨਤਾ ਹੈ ਅਤੇ ਇਸੇ ਤਰ੍ਹਾਂ ਸਾਕਸ਼ਾਤ ਹੈ, ਜਿਵੇਂ ਕਿ ਹੁਣੇ ਪੜ੍ਹਾਉਂਦੇ ਹੋਏ ਆਪਣੇ ਆਲੇ ਦੁਆਲੇ ਦੀਆਂ ਵਸਤੂਆਂ ਨੂੰ ਜਾਣਦੇ ਹੋਏ ਅਤੇ ਵਾਤਾਵਰਨ ਨੂੰ ਸਾਕਸ਼ਾਤ ਮਹਿਸੂਸ ਕਰ ਰਹੇ ਹਾਂ, ਬਿਲਕੁਲ ਉਵੇਂ ਹੀ ਉਸ ਵਾਤਾਵਰਨ ਦੀ ਚੇਤਨਤਾ ਨੂੰ ਸਾਕਸ਼ਾਤ ਮਹਿਸੂਸ ਕਰਨਾ ਹੈ। ਉਸ ਤੋਂ ਬਾਅਦ 20ਵੇਂ ਮਿੰਟ ਵਿੱਚ ਮੈਂ ਦੇ ਅੰਦਰ ਬੈਠੀ ਇਸ ਪਰਮ ਪਿਤਾ ਪਰਮੇਸ਼ਰ ਪ੍ਰੇਰਕ ਦੀ ਉਪਾਸ਼ਨਾ ਕਰਨੀ ਹੈ। 30ਵੇਂ ਮਿੰਟ ਵਿੱਚ ਫਿਰ ਮੈਂ ਵਿੱਚ ਕਰਨੀ ਹੈ ਜੋ ਕਿ ਅਤਿਅੰਤ ਜੜ ਰੂਪ ਹੈ। ਹੁਣ ਸਭ ਕੁਝ ਰੁਕਿਆ ਹੋਇਆ ਅਤੇ ਠਹਿਰਿਆ ਜਿਹਾ ਹੋਇਆ ਹੈ, ਸਭ ਕੁਝ ਸਾਧਿਆ ਹੋਇਆ ਹੈ। 40ਵੇਂ ਮਿੰਟ ਵਿੱਚ ਇਸ ਮੈਂ ਤੋਂ ਵੀ ਅਨੰਤ ਸੂਖਮ ਸਥਿਰ ਅਤੇ ਪੂਰਨ ਚੇਤਨ ਰੂਪ ਵਿੱਚ ਪ੍ਰਕਾਸ਼ਿਤ ਹੋ। 50ਵੇਂ ਵਿੱਚ ਫਿਰ ਮੈਂ, 60ਵੇਂ ਵਿੱਚ ਫਿਰ ਪ੍ਰੇਰਕ, 70ਵੇਂ ਵਿੱਚ ਫਿਰ ਮੈਂ, 80ਵੇਂ ਵਿੱਚ ਫਿਰ ਪ੍ਰੇਰਕ, ਫਿਰ ਹੌਲੀ ਹੌਲੀ ਮੈਂ ਦੇ ਚਾਰੇ ਪਾਸੇ ਦਾ ਦਾਇਰਾ ਰੂਪੀ ਆਕਾਰ ਤੋੜਨਾ ਹੈ, ਆਪਣਾ ਆਪਾ ਨਸ਼ਟ ਕਰਦੇ ਹੋਏ ਕੇਵਲ ਉਸ ਪਰਮ ਪਿਤਾ ਪਰਮੇਸ਼ਰ ਜੋ ਕਿ ਹਰ ਜਗ੍ਹਾ ਹੈ ਅਤੇ ਜੋ ਹਰ ਪਲ ਵਰਤਮਾਨ ਹੈ, ਜਾਗ੍ਰਿਤ ਹੈ, ਜੋ ਸਾਰਿਆਂ ਦਾ ਸਹਾਇਕ ਹੈ, ਸਾਰਿਆਂ ਦਾ ਜੀਵਨ ਦਾਤਾ ਹੈ, ਸਭ ਨੂੰ ਪਾਲਣ ਵਾਲਾ ਹੈ ਅਤੇ ਸਭ ਨੂੰ ਬਹੁਤ ਪਿਆਰ ਕਰਨ ਵਾਲਾ ਹੈ, ਕੇਵਲ ਅਤੇ ਕੇਵਲ ਉਸੇ ਦੀ ਉਪਾਸ਼ਨਾ ਕਰਦੇ ਰਹਿਣਾ ਹੈ। ਉਹ ਚਾਹੇ ਜਿੰਨਾ ਵੀ ਸਮਾਂ ਕਰਦੇ ਰਹੋ, ਜਦੋਂ ਇਸ ਤੋਂ ਥੋੜ੍ਹਾ ਰੁਕਾਵਟ ਆਉਣ ਲੱਗੇ, ਵਿਕਸ਼ੇਪ ਆਉਣ ਲੱਗੇ ਤਾਂ ਹੌਲੀ ਹੌਲੀ 6ਵੇਂ ਨੰਬਰ 'ਤੇ ਉਪਾਸ਼ਨਾ ਸ਼ੁਰੂ ਕਰ ਦਿਓ
ਅਤੇ ਕੁਝ ਸਮਾਂ ਇੱਥੇ ਉਪਾਸ਼ਨਾ ਕਰਨ ਤੋਂ ਬਾਅਦ ਫਿਰ ਪੰਜਵੇਂ ਨੰਬਰ 'ਤੇ ਉਪਾਸ਼ਨਾ ਸ਼ੁਰੂ ਕਰੋ, ਫਿਰ ਚੌਥੇ, ਤੀਸਰੇ, ਦੂਸਰੇ ਅਤੇ ਪਹਿਲੇ ਨੰਬਰ 'ਤੇ ਕਰੋ, ਅਰਥਾਤ ਜਿਸ ਤਰੀਕੇ ਨਾਲ ਸੱਤਵੇਂ ਨੰਬਰ ਤੱਕ ਅਭਿਆਸ ਕੀਤਾ ਉਸੇ ਤਰੀਕੇ ਨਾਲ ਉਲਟੇ ਕ੍ਰਮ ਨਾਲ ਵਾਪਿਸ ਆਉਣਾ ਹੈ। ਫਿਰ ਅੱਖਾਂ ਬੰਦ ਕਰਕੇ ਜਿਸ ਪਾਸੇ ਜਿਹੜੀ ਅਵਸਥਾ ਵਿੱਚ ਤੁਹਾਨੂੰ ਤੁਹਾਡਾ ਸਰੂਪ ਸੱਤਵੇਂ ਨੰਬਰ 'ਤੇ ਮਹਿਸੂਸ ਹੋ ਰਿਹਾ ਸੀ ਉਸਨੂੰ ਸੱਚ ਮੰਨਣਾ ਅਤੇ ਇਸ ਦਿਖਣ ਵਾਲੇ ਸਰੀਰ ਨੂੰ ਉਸਦਾ ਕੱਪੜਾ ਮਾਤਰ ਮੰਨਣਾ, ਪੂਰੇ ਦਿਨ ਵਿੱਚ ਕੋਈ ਕੰਮ ਨਾ ਕਰਦੇ ਹੋਏ ਕਿਤੇ ਆਰਾਮ ਨਾਲ ਬੈਠੇ ਹੋਏ ਹੋ ਤਾਂ ਉਸ ਸੱਤਵੇਂ ਨੰਬਰ ਦੇ ਅਭਿਆਸ ਵਿੱਚ ਜੋ ਕਿ ਤੁਹਾਡੇ ਆਪਣੇ ਸਰੀਰ ਦੀ ਅਵਸਥਾ ਸੀ ਉਸਨੂੰ ਮਹਿਸੂਸ ਕਰਨਾ ਹੈ। ਇਹ ਇੱਕ ਅੱਧੇ ਮਿੰਟ ਲਈ ਜ਼ਰੂਰ ਹੋਵੇ। ਇਸ ਇੱਕ ਅੱਧੇ ਮਿੰਟ ਨੂੰ ਦਿਨ ਵਿੱਚ 8-10 ਵਾਰ ਜ਼ਰੂਰ ਮਹਿਸੂਸ ਕਰ ਲੈਣਾ। ਹੁਣ ਹੌਲੀ ਹੌਲੀ ਅੱਖਾਂ ਖੋਲ੍ਹੋ। ਹੁਣ ਹਮੇਸ਼ਾ ਸਾਹਮਣੇ ਗੁਰੂ ਦੇ ਸਰੂਪ ਨੂੰ ਮੱਥਾ ਟੇਕਣਾ ਅਤੇ ਧੰਨਵਾਦ ਕਰਨਾ। ਇਹੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦੀ ਕਿਸੇ ਕੋਈ ਪ੍ਰਤੱਖ ਜੋਤ ਅਤੇ ਜੇ ਨਾ ਹੋ ਸਕੇ ਤਾਂ ਧਿਆਨ ਵਿੱਚ ਹੀ ਇੱਕ ਜੋਤ ਜਗਾ ਕੇ ਇੱਕ ਵਾਰ ਆਰਤੀ ਉਤਾਰ ਲੈਣੀ। ਇਹ ਕੇਵਲ ਉਦਾਹਰਣ ਮਾਤਰ ਹੈ। ਜੋ ਅਸਲੀ ਤਰੀਕਾ ਹੈ ਉਹ ਕੇਵਲ ਯੋਗ ਸਾਧਕ ਨੂੰ ਹੀ ਮਹਾਤਮਾ ਦੱਸਦੇ ਹਨ, ਕਿਉਂਕਿ ਉਹ ਆਪਣੇ ਅਨੁਭਵਾਂ ਵਿੱਚ ਇਹਨਾਂ ਪੰਜਾਂ ਕੋਸ਼ਾਂ ਤੋਂ ਕਿਵੇਂ ਅਲੱਗ ਹੋਇਆ ਹੁੰਦਾ ਹੈ ਅਤੇ ਕਿਵੇਂ ਆਪਣੇ ਤਿੰਨਾਂ ਗੁਣਾਂ ਤੋਂ ਅਲੱਗ ਹੋਇਆ ਹੁੰਦਾ ਹੈ, ਉਸਨੂੰ ਪ੍ਰਤੱਖ ਅਨੁਭਵ ਹੋਇਆ ਹੁੰਦਾ ਹੈ, ਉਸਨੂੰ ਦੱਸਣਾ ਜਾਂ ਸਮਝਾਉਣਾ ਆਸਾਨ ਹੁੰਦਾ ਹੈ। ਜਿਸ ਤਰ੍ਹਾਂ ਜਵਾਨੀ ਵਿੱਚ ਬੁਢਾਪੇ ਦੀਆਂ ਦੁੱਖ ਤਕਲੀਫਾਂ ਅਤੇ ਪਰੇਸ਼ਾਨੀਆਂ ਸਮਝ ਨਹੀਂ ਆਉਂਦੀਆਂ ਅਤੇ ਜਿਵੇਂ ਪੇੜ ਪੌਦਿਆਂ ਨੂੰ ਵੱਡੇ ਵੱਡੇ ਪੇੜਾਂ 'ਤੇ ਲਟਕਦੇ ਫਲਾਂ ਦਾ ਅਨੁਭਵ ਨਹੀਂ ਹੁੰਦਾ, ਪੇੜ ਪੌਦਿਆਂ ਨੂੰ ਪਸ਼ੂ ਪੰਛੀ ਕਿਵੇਂ ਚੱਲਦੇ ਅਤੇ ਉੱਡਦੇ ਹਨ ਇਹ ਸਮਝ ਨਹੀਂ ਆਉਂਦਾ, ਉਸੇ ਤਰ੍ਹਾਂ ਬਿਨਾਂ ਬ੍ਰਹਮ ਤੱਕ ਪਹੁੰਚੇ ਉਸ ਤੋਂ ਬਾਅਦ ਪਰਮਾਤਮਾ ਅਤੇ ਭਗਵਾਨ ਦਾ ਗਿਆਨ ਜਾਂ ਸਾਕਸ਼ਾਤਕਾਰ ਕੈਸਾ ਹੁੰਦਾ ਹੈ ਉਸ ਦੇ ਬਾਰੇ ਵਿੱਚ ਸਮਝ ਨਹੀਂ ਆ ਸਕਦਾ। ਨੋਟ: ਇਹਨਾਂ ਸੱਤਾਂ ਅਵਸਥਾਵਾਂ ਨੂੰ ਇੱਕ ਇੱਕ ਦਿਨ ਕਰਦੇ ਰਹੋ। ਜਦੋਂ ਸੱਤਵੀਂ ਅਵਸਥਾ ਦਾ ਦਿਨ ਹੋ ਜਾਏ ਤਾਂ 8ਵੇਂ ਦਿਨ ਫਿਰ ਪਹਿਲੀ ਅਵਸਥਾ ਤੋਂ ਸ਼ੁਰੂ ਕਰੋ। ਜਦੋਂ ਫਿਰ 7ਵੀਂ ਅਵਸਥਾ ਤੱਕ ਕਰਕੇ ਜਦੋਂ ਫਿਰ 8ਵਾਂ ਦਿਨ ਆਏ ਤਾਂ ਫਿਰ ਪਹਿਲੀ ਅਵਸਥਾ ਤੋਂ ਸ਼ੁਰੂ ਕਰੋ। ਇਸ ਤਰ੍ਹਾਂ ਜਦੋਂ ਤੱਕ ਹਰੇਕ ਵਿੱਚ 50-60% ਤੱਕ ਸਰਲਤਾ ਅਤੇ ਸਹਿਜਤਾ ਆ ਜਾਏ ਤਾਂ ਇਸੇ ਤਰ੍ਹਾਂ ਹੀ ਕਰਦੇ ਰਹੋ। ਫਿਰ ਜਦੋਂ ਸਰਲਤਾ ਸਹਿਜਤਾ ਅੱਛੀ ਹੋ ਜਾਏ ਤਾਂ ਹਰੇਕ 2-2 ਅਵਸਥਾਵਾਂ ਨੂੰ ਇੱਕ ਇੱਕ ਦਿਨ ਕਰਦੇ ਰਹੋ। ਜਦੋਂ ਬਹੁਤ ਜ਼ਿਆਦਾ ਸਰਲਤਾ ਅਤੇ ਸਹਿਜਤਾ ਆ ਜਾਏ ਤਾਂ ਇੱਕ ਦਿਨ ਵਿੱਚ 3, ਦੂਸਰੇ ਦਿਨ ਵਿੱਚ 4 ਅਵਸਥਾਵਾਂ ਨੂੰ ਕਰਨ ਦੀ ਕੋਸ਼ਿਸ਼ ਕਰੋ ਅਤੇ ਜਦ ਅਤ ਸੂਖਮਤਾ, ਸਰਲਤਾ, ਸਹਿਜਤਾ, ਸ਼ੁੱਧਤਾ, ਇਕਾਗਰਤਾ ਵੱਧ ਜਾਏ ਤਾਂ ਸੱਤਾਂ ਨੂੰ ਇੱਕ ਦਿਨ ਵਿੱਚ ਹੀ ਕਰਨ ਦੀ ਕੋਸ਼ਿਸ਼ ਕਰੋ, ਪਰੰਤੂ ਇਹ ਸਮਾਂ ਘੱਟ ਤੋਂ ਘੱਟ 3.5 ਘੰਟੇ ਤੋਂ 7 ਘੰਟੇ ਦਾ ਹੋਣਾ ਬਹੁਤ ਜ਼ਰੂਰੀ ਹੈ। ਸਰਲਤਾ ਸਹਿਜਤਾ ਜ਼ਰੂਰੀ ਹੈ,
ਸੰਤ ਈਸ਼ਰ ਸਿੰਘ ਜੀ ਮਹਾਰਾਜ ਬੋਲਦੇ ਸਨ ਕਿ ਜੋ ਵੀ ਕੰਮ ਨਿੱਤਾ ਪ੍ਰਤੀ ਕਰਦੇ ਰਹੋ, ਉਸ ਵਿੱਚ ਸਰਲਤਾ ਅਤੇ ਸਹਿਜਤਾ ਆਪਣੇ ਆਪ ਹੀ ਆਉਂਦੀ ਚਲੀ ਜਾਂਦੀ ਹੈ। ਬਸ ਉਹ ਕੰਮ ਪੂਰੇ ਦਿਲ ਨਾਲ ਕੀਤਾ ਹੋਇਆ ਹੋਵੇ। ਇਹ ਭਗਤੀ ਮਾਰਗ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪ੍ਰੇਮ, ਨਿਮਰਤਾ, ਸਹਿਜਤਾ, ਸ਼ੁੱਧਤਾ ਦਾ ਵਿਸ਼ਾ ਹੈ। ਜੋ ਇਹਨਾਂ ਤੋਂ ਜ਼ਿਆਦਾ ਦੂਰ ਹੋਵੇਗਾ, ਉਸਦੀ ਤਰੱਕੀ ਉਨੀ ਹੀ ਆਹਿਸਤਾ ਹੋਵੇਗੀ ਜਾਂ ਰੁਕੀ ਰਹੇਗੀ। ਸਾਨੂੰ ਵਾਪਸ ਆਪਣਾ ਮਨ ਬਹੁਤ ਜ਼ਿਆਦਾ ਸਰਲ, ਜਿਵੇਂ ਕਿ ਛੋਟੇ ਬੱਚੇ ਦਾ ਮਨ ਸ਼ੁੱਧ, ਸਹਿਜ, ਨਿਰਕਪਟ, ਨਿਰਵੈਰਤਾ ਭਰਪੂਰ ਹੁੰਦਾ ਹੈ, ਉਸੇ ਤਰ੍ਹਾਂ ਦਾ ਬਣਾਉਣਾ ਹੈ। ਜੜਤਾ ਸਾਨੂੰ ਹਰੇਕ ਅਵਸਥਾ ਵਿੱਚ ਪੱਥਰ ਵਰਗੀ ਬਣਾ ਕੇ ਰੱਖਣੀ ਹੈ। ਸੰਤ ਈਸ਼ਰ ਸਿੰਘ ਜੀ ਮਹਾਰਾਜ ਕਹਿੰਦੇ ਸਨ ਕਿ ਭਾਈ, ਨੁਕਤਾਚੀਨੀ ਕਰਨਾ ਅਤੇ ਗਲਤੀਆਂ ਕੱਢਣਾ ਤਾਂ ਸਭ ਦੇ ਵੱਸ ਦਾ ਹੁੰਦਾ ਹੈ, ਪਰ ਪਤਾ ਉੱਥੇ ਲੱਗਦਾ ਹੈ ਜਦੋਂ ਆਪਣੇ ਮਨ ਨੂੰ ਰੋਕਣਾ ਜਾਂ ਸਾਧਣਾ ਪੈਂਦਾ ਹੈ। ਜਿੱਥੇ ਸੰਕਲਪ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਏ, ਅਸਲੀ ਤਾਕਤ ਤਾਂ ਉੱਥੇ ਪਤਾ ਚੱਲਦੀ ਹੈ। ਨੋਟ: ਅਭਿਆਸ ਕਰਦੇ ਸਮੇਂ ਹਰ ਦਿਨ ਦਾ ਸਮਾਂ 3.5 ਘੰਟੇ ਤੋਂ 7 ਘੰਟੇ ਦਾ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ। ਫਿਰ ਉਸ ਸਮੇਂ ਨੂੰ ਤੁਸੀਂ ਭਾਵੇਂ ਇੱਕ ਅਵਸਥਾ ਜਾਂ ਇਕੱਠੀ 3 ਅਵਸਥਾ ਜਾਂ ਇਕਸਾਰ 7 ਅਵਸਥਾਵਾਂ ਕਰਦੇ ਹੋ, ਇਹ ਹੇਠਾਂ ਲਿਖੇ ਹੋਏ ਕਿਸੇ ਨਾ ਕਿਸੇ ਵਿਸ਼ੇਸ਼ ਵਿਸ਼ੇ ਨੂੰ ਪ੍ਰੇਰਣਾ ਦਿੰਦੇ ਹਨ। ਬੁੱਤ ਪ੍ਰਸਤੀ ਕਰਦੇ ਕਰਦੇ ਖੁਦਾ ਪ੍ਰਸਤ ਬਣ ਗਏ, ਖੁਦਾ ਪ੍ਰਸਤੀ ਕਰਦੇ ਕਰਦੇ ਖੁਦ ਪ੍ਰਸਤ ਬਣ ਗਏ, ਖੁਦ ਪ੍ਰਸਤੀ ਕਰਦੇ ਕਰਦੇ ਖੁਦ ਮਸਤ ਬਣ ਗਏ। ਮਿਟਾ ਦੇ ਆਪਣੀ ਹਸਤੀ ਕੋ ਗਰ ਖੁਦ ਕੁਛ ਬਣਨਾ ਚਾਹੇ, ਕਿਉਂਕਿ ਦਾਨਾ ਖਾਕ ਮੇਂ ਦਿਲ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਜਾ ਕੀ ਰਹੀ ਭਾਵਨਾ ਜੈਸੀ ਤਿਸਕੋ ਹੋਵਤ ਪ੍ਰਾਪਤ ਵੈਸੀ, ਏਕ ਹੀ ਸਾਧੇ ਸਭ ਸਦੇ ਸਭ ਸਾਧੇ ਸਭ ਜਾਏ। ਪ੍ਰੇਮ ਨਾ ਛੋਲਾ ਹੈ ਨਾ ਸ਼ਬਨਮ, ਪ੍ਰੇਮ ਆਂਖੋਂ ਕੀ ਮਸਤੀ ਨਹੀਂ ਹੈ, ਪ੍ਰੇਮ ਆਤਮਾ ਸੇ ਹੋਤਾ ਹੈ ਪੈਦਾ, ਔਰ ਪ੍ਰੇਮ ਕੀ ਕੋਈ ਵਸਤੀ ਨਹੀਂ ਹੈ, ਦਿਵਯ ਸ਼ਾਸ਼ਵਤ ਪ੍ਰੇਮ। ਵਾਹਿਗੁਰੂ 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 ਵਾਹਿ